ਜਦ ਵੀ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋਫੈਸਰ ਅਜੀਤਾ ਨੇ ਇਸ ਏਸ਼ੀਅਨ ਖੇਡਾਂ ਦੇ ਤਗਮਿਆਂ ਬਾਬਤ ਦੱਸਿਆ ਕਿ ਇਹ ਖਿਡਾਰੀਆਂ ਦੀ ਲਗਾਤਾਰ ਮਿਹਨਤ ਅਤੇ ਦ੍ਰਿੜ ਇਰਾਦੇ ਦਾ ਨਤੀਜਾ ਹੈ ਜਿਸ ਵਿੱਚ ادارے ਨੇ ਆਪਣਾ ਹਿੱਸਾ ਪਾਇਆ ਇਸ ਮੌਕੇ ਉੱਗੇ ਲੇਖਕ ਅਜੈਬ ਸਿੰਘ ਟਿਵਾਣਾ ਨੇ ਮਾਨਸਾ ਜ਼ਿਲ੍ਹੇ ਦੇ ਯੋਗਦਾਨ ਨੂੰ ਪੇਸ਼ ਕੀਤਾ ਤੇ ਜ਼ੋਰ ਦੇ ਕੇ ਕਿਹਾ ਕਿ ਪਰਨੀਤ ਕੌਰ ਅਤੇ ਤਰੂਪ ਕਪੀਲਾ ਦੀ ਜਿੱਤਾਂ ਪੰਜਾਬ ਦੀ ਨੌਜਵਾਨ ਪੀੜੀ ਅਤੇ ਸਰਕਾਰ ਲਈ ਰਾਹ ਦਰਸਾਵਾ ਹੋਣ ਦੇ ਨਾਲ-ਨਾਲ ਚੁਣੌਤੀ ਵੀ ਹੈ ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਗੇ ਭਵਿਕ ਦਾ ਰਾ ਆਈਲੈਂਡਸ ਦੇ ਸੈਂਟਰਾ ਰਹੇ ਨਹੀਂ ਸਕੋ ਖੇਡ ਮੈਦਾਨਾ ਵਿੱਚੋਂ ਜਾਂਦਾ ਉਨ੍ਹਾਂ ਉੱਚੀ ਆਵਾਜ਼ ਵਿੱਚ ਕਿਹਾ ਕਿ ਸਰਕਾਰ ਇਨ੍ਹਾਂ ਖਿਡਾਰੀਆਂ ਦੀ ਸਮਰੱਥਾ ਨੂੰ ਪਛਾਣੇ ਅਤੇ ਇਹਨਾਂ ਦੇ ਹੌਸਲਾ ਅਫਜਾਈ ਲਈ ਉਪਰਾਲਾ ਕਰੇ ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਵਿਧਾਇਕ ਗੁਰਲਾਲ ਸਿੰਘ ਕਨੌਰ ਨੇ ਜੇਤੂ ਖਿਡਾਰੀਆਂ ਅਤੇ ਪਰਨੀਤਕੌਰ ਦੇ ਮਾਪਿਆਂ ਤਰੂਪ ਕਪਿਲਦੇਵ ਪਿਤਾ ਅਤੇ ਕੋਚ ਸੁਰਿੰਦਰ ਰੰਧਾਵਾ ਦਾ ਸਨਮਾਨ ਕੀਤਾ ਹੈ ਕੋਚ ਸੁਰਿੰਦਰ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੀ 14 ਸਾਲਾਂ ਦੀ ਮਿਹਨਤ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਲਗਾਤਾਰ ਕੌਮੀ ਅਤੇ ਕੋ ਮੰਤਰੀ ਪੱਧਰ ਉੱਤੇ ਤਗਮੇ ਜਿੱਤੇ ਨੇ ਅਤੇ ਹੁਣ 올림픽 ਦੇ ਤਗਮੇ ਲੀ ਮੰਜ਼ਲ ਜਿਆਦਾ ਦੂਰ ਨਹੀਂ ધ ਇਵਨ ਮੀਡੀਆ ਚੈਨਲ ਲਈ ਪਟਿਆਲਾ ਤੋਂ ਅੰਚੂ ਮੰਡੀ ਖਾਸ ਰਿਪੋਰਟ ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋਫੈਸਰ ਅਜੀਤਾਂ ਨੇ ਇਸ ਏਸ਼ੀਅਨ ਖੇਡਾਂ ਦੇ ਤਗਮਿਆਂ ਬਾਬਤ ਦੱਸਿਆ ਕਿ ਇਹ ਖਿਡਾਰੀਆਂ ਦੀ ਲਗਾਤਾਰ ਮਿਹਨਤ ਅਤੇ ਦ੍ਰਿੜ ਇਰਾਦੇ ਦਾ ਨਤੀਜਾ ਹੈ। ਜੀਐਸ ਵਿੱਚ ادارے ਨੇ ਆਪਣਾ ਹਿੱਸਾ ਪਾਇਆ। ਇਸ ਮੌਕੇ ਉੱਗੇ ਲੇਖਕ ਅਜੈਬ ਸਿੰਘ ਟਿਵਾਣਾ ਨੇ ਮਾਨਸਾ ਜ਼ਿਲ੍ਹੇ ਦੇ ਯੋਗਦਾਨ ਨੂੰ ਪੇਸ਼ ਕੀਤਾ ਤੇ ਜ਼ੋਰ ਦੇ ਕੇ ਕਿਹਾ ਕਿ ਪਰਨੀਤ ਕੌਰ ਅਤੇ ਤਰੂਪ ਕਪੀਲਾ ਦੀ ਜਿੱਤਾਂ ਪੰਜਾਬ ਦੀ ਨੌਜਵਾਨ ਪੀੜੀ ਅਤੇ ਸਰਕਾਰ ਲਈ ਰਾਹ ਦਰਸਾਵਾ ਹੋਣ ਦੇ ਨਾਲ-ਨਾਲ ਚੁਣੌਤੀ ਵੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਚੰਗੇ ਵਿਕਦਰਾ ਆਈਲੈਂਡਸ ਦੇ ਸੈਂਟਰਾ ਰਹੇ ਨਹੀਂ ਸਕੋ ਖੇਡ ਮੈਦਾਨਾ ਵਿੱਚੋਂ ਜਾਂਦਾ ਉਹਨਾਂ ਉੱਚੀ ਆਵਾਜ਼ ਵਿੱਚ ਕਿਹਾ ਕਿ ਸਰਕਾਰ ਇਨ੍ਹਾਂ ਖਿਡਾਰੀਆਂ ਦੀ ਸਮਰਥਾ ਨੂੰ ਪਛਾਣੇ ਅਤੇ ਇਹਨਾਂ ਦੇ ਹੌਸਲਾ ਅਫਜਾਈ ਲਈ ਉਪਰਾਲਾ ਕਰੇ ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਜੇਤੂ ਖਿਡਾਰੀਆਂ ਅਤੇ ਪਰਨੀਤਕੌਰ ਦੇ ਮਾਪਿਆਂ ਤਰੂਪ ਕਪੀਲਾ ਦੇ ਪਿਤਾ ਅਤੇ ਕੋਚ ਸੁਰਿੰਦਰ ਰੰਧਾਵਾ ਦਾ ਸਨਮਾਨ ਕੀਤਾ ਕੋਚ ਸੁਰਿੰਦਰ ਰੰਧਾਵਾ ਨੇ ਕਿਹਾ ਕਿ ਉਹਨਾਂ ਦੀ 14 ਸਾਲਾਂ ਦੀ ਮਿਹਨਤ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਲਗਾਤਾਰ ਮੀਤੇ ਕੋ ਮੰਤਰੀ ਪਦਰ ਉਤੇ ਤਗਮੇ ਜیتے ਨੇ ਅਤੇ ਹੁਣ 올림픽 ਦੇ ਤਗਮੇ ਵਾਲੀ ਮੰਜ਼ਲ ਜਿਆਦਾ ਦੂਰ ਨਹੀਂ ਦ ਇਵਨ ਮੀਡੀਆ ਚੈਨਲ ਲਈ ਪਟਿਆਲਾ ਤੋਂ ਅੰਚੂ ਮੰਦੀ ਖਾਸ ਰਿਪੋਰਟ ਜਦੋਂ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋਫੈਸਰ ਅਜੀਤਾਂ ਨੇ ਇਸ ਏਸ਼ੀਅਨ ਖੇਡਾਂ ਦੇ ਤਗਮਿਆਂ ਬਾਬਤ ਦੱਸਿਆ ਕਿ ਇਹ ਖਿਡਾਰੀਆਂ ਦੀ ਲਗਾਤਾਰ ਮਿਹਨਤ ਅਤੇ ਦ੍ਰਿੜ ਇਰਾਦੇ ਦਾ ਨਤੀਜਾ ਹੈ ਐਚਐਸ ਵਿੱਚ ادارے ਨੇ ਆਪਣਾ ਹਿੱਸਾ ਪਾਇਆ ਇਸ ਮੌਕੇ ਉੱਗੇ ਲੇਖਕ ਅਜੈਬ ਸਿੰਘ ਟਿਵਾਣਾ ਨੇ ਮਾਨਸਾ ਜ਼ਿਲ੍ਹੇ ਦੇ ਯੋਗਦਾਨ ਨੂੰ ਪੇਸ਼ ਕੀਤਾ ਤੇ ਜ਼ੋਰ ਦੇ ਕੇ ਕਿਹਾ ਕਿ ਪਰਨੀਤ ਕੌਰ ਅਤੇ ਤਰੂਪ ਕਪੀਲਾ ਦੀ ਜਿੱਤਾਂ ਪੰਜਾਬ ਦੀ ਨੌਜਵਾਨ ਪੀੜੀ ਅਤੇ ਸਰਕਾਰ ਲਈ ਰਾਹ ਦਰਸਾਵਾ ਹੋਣ ਦੇ ਨਾਲ-ਨਾਲ ਚੁਣੌਤੀ ਵੀ ਹੈ ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਗੇ ਭਵਿਕ ਦਾ ਰਾ ਆਈਲੈਂਡਸ ਦੇ ਸੈਂਟਰਾ 라ਹੀ ਨਹੀਂ ਸਕੋ ਖੇਡ ਮੈਦਾਨਾ ਵਿੱਚੋਂ ਜਾਂਦਾ ਉਨ੍ਹਾਂ ਉੱਚੀ ਆਵਾਜ਼ ਵਿੱਚ ਕਿਹਾ ਕਿ ਸਰਕਾਰ ਇਨ੍ਹਾਂ ਖਿਡਾਰੀਆਂ ਦੀ ਸਮਰੱਥਾ ਨੂੰ ਪਛਾਣੇ ਅਤੇ ਇਹਨਾਂ ਦੇ ਹੌਸਲਾ ਅਫਜਾਈ ਲਈ ਉਪਰਾਲਾ ਕਰੇ ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਵਿਧਾਇਕ ਗੁਰਲਾਲ ਸਿੰਘ ਕਨੌਰ ਨੇ ਜੇਤੂ ਖਿਡਾਰੀਆਂ ਅਤੇ ਪਰਨੀਤਕੌਰ ਦੇ ਮਾਪਿਆਂ ਤਰੂਪ ਕਪਿਲਦੇਵ ਪਿਤਾ ਅਤੇ ਕੋਚ ਸੁਰਿੰਦਰ ਰੰਧਾਵਾ ਦਾ ਸਨਮਾਨ ਕੀਤਾ ਹੈ ਕੋਚ ਸੁਰਿੰਦਰ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੀ 14 ਸਾਲਾਂ ਦੀ ਮਿਹਨਤ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਲਗਾਤਾਰ ਕੌਮੀ ਅਤੇ ਕੋ ਮੰਤਰੀ ਪੱਧਰ ਉੱਤੇ ਤਗਮੇ ਜਿੱਤੇ ਨੇ ਅਤੇ ਹੁਣ 올림픽 ਦੇ ਤਗਮੇ ਲੀ ਮੰਜ਼ਲ ਜਿਆਦਾ ਦੂਰ ਨਹੀਂ ધ ਇਵਨ ਮੀਡੀਆ ਚੈਨਲ ਲਈ ਪਟਿਆਲਾ ਤੋਂ ਅੰਚੂ ਮੰਡੀ ਖਾਸ ਰਿਪੋਰਟ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋਫੈਸਰ ਅਜੀਤਾਂ ਨੇ ਇਸ ਏਸ਼ੀਅਨ ਖੇਡਾਂ ਦੇ ਤਗਮਿਆਂ ਬਾਬਤ ਦੱਸਿਆ ਕਿ ਇਹ ਖਿਡਾਰੀਆਂ ਦੀ ਲਗਾਤਾਰ ਮਿਹਨਤ ਅਤੇ ਦ੍ਰਿੜ ਇਰਾਦੇ ਦਾ ਨਤੀਜਾ ਹੈ ਜਿਸ ਵਿੱਚ ادارے ਨੇ ਆਪਣਾ ਹਿੱਸਾ ਪਾਇਆ ਇਸ ਮੌਕੇ ਉੱਗੇ ਲੇਖਕ ਅਜੈਬ ਸਿੰਘ ਟਿਵਾਨਾ ਨੇ ਮਾਨਸਾ ਜ਼ਿਲ੍ਹੇ ਦੇ ਯੋਗਦਾਨ ਨੂੰ ਪੇਸ਼ ਕੀਤਾ ਤੇ ਜ਼ੋਰ ਦੇ ਕੇ ਕਿਹਾ ਕਿ ਪਰਨੀਤ ਕੋਰਤੇ ਤਰੂਪ ਕਪੀਲਾ ਦੀ ਜਿੱਤਾਂ ਪੰਜਾਬ ਦੀ ਨੌਜਵਾਨ ਪੀੜੀ ਅਤੇ ਸਰਕਾਰ ਲਈ ਰਾਹ ਦਰਸਾਵਾ ਹੋਣ ਦੇ ਨਾਲ-ਨਾਲ ਚੁਣੌਤੀ ਵੀ ਹੈ ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਚੰਗੇ ਵਿਕਦਾਰਾ ਆਈਲੈਂਡਸ ਦੇ ਸੈਂਟਰਾਂ ਰਾਹੀਂ ਨਹੀਂ ਸਕੋ ਖੇਡ ਮੈਦਾਨਾ ਵਿੱਚੋਂ ਜਾਂਦਾ ਉਨ੍ਹਾਂ ਉੱਚੀ ਆਵਾਜ਼ ਵਿੱਚ ਕਿਹਾ ਕਿ ਸਰਕਾਰ ਇਨ੍ਹਾਂ ਖਿਡਾਰੀਆਂ ਦੀ ਸਮਰੱਥਾ ਨੂੰ ਪਛਾਣੇ ਅਤੇ ਇਹਨਾਂ ਦੇ ਹੌਸਲਾ ਅਫਜਾਈ ਲਈ ਉਪਰਾਲਾ ਕਰੇ ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਵਿਧਾਇਕ ਗੁਰਲਾਲ ਸਿੰਘ ਕਨੌਰ ਨੇ ਜੇਤੂ ਖਿਡਾਰੀਆਂ ਅਤੇ ਪਰਨੀਤਕੌਰ ਦੇ ਮਾਪਿਆਂ ਤਰੂਪ ਕਪਿਲਦੇ ਪਿਤਾ ਅਤੇ ਕੋਚ ਸੁਰਿੰਦਰ ਰੰਧਾਵਾ ਦਾ ਸਨਮਾਨ ਕੀਤਾ ਹੈ ਕੋਚ ਸੁਰਿੰਦਰ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੀ 14 ਸਾਲਾਂ ਦੀ ਮਿਹਨਤ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਲਗਾਤਾਰ ਕੌਮੀ ਅਤੇ ਕੋ ਮੰਤਰੀ ਪੱਧਰ ਉੱਤੇ ਤਗਮੇ ਜਿੱਤੇ ਨੇ ਅਤੇ ਹੁਣ 올림픽 ਦੇ ਤਗਮੇ ਲੀ ਮੰਜ਼ਲ ਜਿਆਦਾ ਦੂਰ ਨਹੀਂ ਦ ਇਵਨ ਮੀਡੀਆ ਚੈਨਲ ਲਈ ਪਟਿਆਲਾ ਤੋਂ ਅੰਚੂ ਮੰਡੀ ਖਾਸ ਰਿਪੋਰਟ